ਇਸ ਵਿਚਾਲੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੁਹਾਡੇ ਤੋਂ ਅਪੀਲ ਕਰਦਾ ਹੈ ਕਿ ਨਾਭਾ ਜੇਲ੍ਹ 'ਚੋਂ ਫਰਾਰ 5 ਕੈਦੀਆਂ ਬਾਰੇ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਜਾਂ ਸੁਰਾਗ ਹੈ ਤਾਂ ਤੁਸੀਂ ਸਿੱਧੇ ਪੁਲਿਸ ਨੂੰ 100 ਨੰਬਰ 'ਤੇ ਕਾਲ ਕਰੋ ਜਾਂ ਫਿਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਵਟਸਐਪ ਨੰਬਰ 8588880822 'ਤੇ ਜਾਣਕਾਰੀ ਤੁਸੀਂ ਦੇ ਸਕਦੇ ਹੋ। ਤੁਹਾਡੀ ਜਿਹੜੀ ਪਹਿਚਾਣ ਹੈ ਉਹ ਗੁਪਤ ਰੱਖੀ ਜਾਵੇਗੀ। ਹਰਿਆਣਾ ਸਰਕਾਰ ਸਜ਼ਾ ਯਾਫਤਾ ਕੈਦੀਆਂ ਦੀ ਸੋਚ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਲਈ ਗਊ ਸੇਵਾ ਦਾ ਸਹਾਰਾ ਲੈ ਸਕਦੀ ਹੈ। ਕੈਦੀਆਂ ਨੂੰ ਗਊ ਸੇਵਾ ਲਈ ਪ੍ਰੇਰਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਯੋਜਨਾ ਮੁਤਾਬਕ ਜੇਲ੍ਹਾਂ ਵਿੱਚ ਗਊਸ਼ਾਲਾ ਖੋਲ੍ਹੀ ਜਾਵੇਗੀ ਅਤੇ ਨਾਲ ਹੀ ਜੇਲ੍ਹ ਤੋਂ ਛੁੱਟੇ ਕੈਦੀਆਂ ਨੂੰ ਉਹਨਾਂ ਦੀ ਇੱਛਾ ਦੇ ਮੁਤਾਬਕ ਇੱਕ ਗਊ ਵੀ ਦਿੱਤੀ ਜਾਵੇਗੀ। ਸਜ਼ਾ ਯਾਫਤਾ ਕੈਦੀਆਂ ਤੋਂ ਜੇਲ੍ਹ ਵਿੱਚ ਕਈ ਤਰੀਕੇ ਦੇ ਕੰਮ ਕਰਵਾਏ ਜਾਂਦੇ ਨੇ ਅਤੇ ਉਹਨਾਂ ਕੰਮਾਂ ਦੇ ਜ਼ਰੀਏ ਉਹਨਾਂ ਦੀ ਕਮਾਈ ਵੀ ਹੁੰਦੀ ਹੈ। ਹੁਣ ਸਰਕਾਰ ਇਹਨਾਂ ਕੰਮਾਂ ਵਿੱਚ ਇੱਕ ਹੋਰ ਕੰਮ ਜੋੜਨ ਦੀ ਸੋਚ ਰਹੀ ਹੈ ਅਤੇ ਇਹ ਕੰਮ ਹੋਏਗਾ ਗਊ ਸੇਵਾ। ਸਜ਼ਾ ਯਾਫਤਾ ਲੋਕ ਹੈ, ਉਹ ਜੇਲ੍ਹੋਂ ਮੈਂ ਲੰਬੇ ਸਮੇਂ ਤੱਕ ਰਹਤੇ ਹੈ, ਜਿਸਕੋ ਜਿਸ ਪ੍ਰਕਾਰ ਕਾ ਹੁਨਰ ਆਤਾ ਹੈ ਜਾਂ ਉਸਕੋ ਹਮ ਟ੍ਰੇਨਡ ਕਰਕੇ ਉਸ ਪ੍ਰਕਾਰ ਕਾ ਕਾਮ ਲੇਤੇ ਹੈ। ਤੋ ਕੁਛ ਲੋਕ ਐਸੇ ਵੀ ਹੈ ਜੋ ਲੋਕ ਕਿਸੀ ਪ੍ਰਕਾਰ ਕਾ ਨਹੀਂ, ਕੇਵਲ ਪਸ਼ੂ ਪਾਲਣ ਮੇਂ ਉਨਕਾ ਵਿਸ਼ੇਸ਼ ਰੁਚੀ ਹੋਤੀ ਹੈ, ਕਿਸਾਨ ਵਰਗ ਸੇ ਹੈ ਜਾਂ ਕੁਛ ਵੀ ਹੈ ਕਾਰਨ ਸੇ। ਤੋ ਹਮਾਰੇ ਹਮਨੇ ਤੈਅ ਕੀਆ ਹੈ ਕਿ ਗਊਸ਼ਾਲਾ ਜੇਲ੍ਹੋਂ ਕੇ ਆਸ ਪਾਸ ਵਹਾਂ ਪਰ ਤਿਆਰ ਕਰੇਂਗੇ। ਇਸ ਯੋਜਨਾ ਦੇ ਤਹਿਤ ਜੇਲ੍ਹਾਂ ਵਿੱਚ ਗਊਸ਼ਾਲਾ ਖੋਲ੍ਹਣ ਦੀ ਯੋਜਨਾ ਹੈ, ਜਿਸ ਤੋਂ ਬਾਅਦ ਕੈਦੀਆਂ ਨੂੰ ਗਊ ਸੇਵਾ ਦੇ ਲਈ ਪ੍ਰੇਰਿਤ ਕੀਤਾ ਜਾਏਗਾ। ਉਹਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜੋ ਕੈਦੀ ਗਊ ਨੂੰ ਘਰ ਲੈ ਜਾਣਾ ਚਾਹੁਣ, ਉਹਨਾਂ ਨੂੰ ਗਊ ਦੇ ਵੀ ਦਿੱਤੀ ਜਾਏਗੀ। ਇਸ ਨੂੰ ਲੈ ਕੇ ਰਾਜ ਮੰਤਰੀ ਕਿਸ਼ਨ ਬੇਦੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਗਊਸ਼ਾਲਾ ਖੋਲ੍ਹਣ ਨਾਲ ਨਾ ਸਿਰਫ ਕੈਦੀਆਂ ਨੂੰ ਸਕਾਰਾਤਮਕਤਾ ਦੇ ਲਈ ਪ੍ਰੇਰਿਤ ਕੀਤਾ ਜਾਏਗਾ ਬਲਕਿ ਇਸ ਨਾਲ ਬੇਸਹਾਰਾ ਪਸ਼ੂਆਂ ਦੀ ਵੀ ਸਾਂਭ ਸੰਭਾਲ ਹੋਏਗੀ। ਜੇਲ੍ਹ ਮੇਂ ਪੜੇ ਪੜੇ ਉਹ ਲੋਕ ਪੋਜ਼ਿਟਿਵਲੀ ਨਹੀਂ ਰਹਤੇ, ਉਨਮੇਂ ਨਕਾਰਾਤਮਕਤਾ ਆਤੀ ਹੈ, ਉਹ ਗਊ ਸੇਵਾ ਮੇਂ ਲਗੇਂਗੇ, ਗਊ ਕੀ ਸੁਰੱਖਿਆ ਮੇਂ ਲਗੇਂਗੇ, ਗਊ ਕੇ ਪਾਲਣ ਮੇਂ ਲਗੇਂਗੇ। ਇੱਕ ਤਾਂ ਉਨਕੀ ਆਮਦਨ ਵੀ ਹੋਗੀ ਔਰ ਗਊਓਂ ਕੋ ਵੀ ਹਮੇਂ ਸੰਰਕਸ਼ਣ ਦੇਣੇ ਮੇਂ ਹਮਾਰੀ ਕਾਮਯਾਬੀ ਹੋਗੀ, ਮਾਨੇ ਮੁੱਖ ਮੰਤਰੀ ਜੀ ਕੀ ਯਹੀ ਸੋਚ ਹੈ। ਹਰਿਆਣਾ ਸਰਕਾਰ ਨੇ ਗਊ ਹੱਤਿਆ ਅਤੇ ਗਊ ਤਸਕਰੀ ਨੂੰ ਰੋਕਣ ਦੇ ਲਈ ਦੇਸ਼ ਵਿੱਚ ਸਭ ਤੋਂ ਪਹਿਲਾਂ ਗਊ ਸੰਰਕਸ਼ਣ ਅਤੇ ਸੰਵਰਧਨ ਕਾਨੂੰਨ ਬਣਾਇਆ ਹੈ। ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਜ਼ਿਲ੍ਹਾ ਵਿੱਚ ਗਊਸ਼ਾਲਾ ਖੋਲ੍ਹਣ ਨਾਲ ਜ਼ਿਲ੍ਹਾ ਦੀ ਆਮਦਨ ਵਿੱਚ ਹੀ ਵਾਧਾ ਹੋਏਗਾ। ਕੁਲਬੀਰ ਦੀਵਾਨ, ਜ਼ੀ ਮੀਡੀਆ, ਚੰਡੀਗੜ੍ਹ।